ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਝੇ ਵਾਲੇ ਜੱਟ ਪੇਜ ਤੇ ਜਿੰਨੇ ਵੀ ਪਿਆਰ ਕਰਦੇ ਨੇ ਸਾਰਿਆਂ ਦਾ ਸਭ ਤੋਂ ਪਹਿਲਾਂ ਤਹਿ ਦਿਲੋਂ ਸ਼ੁਕਰੀਆ। ਪਹਿਲੇ ਦਿਨ ਸਿੱਧਾ ਪ੍ਰਸਾਰਣ ਕਰਨ ਜਾ ਰਹੇ ਹਾਂ ਜੀ ਮਾਝੇ ਵਾਲੇ ਜੱਟ ਪੇਜ ਤੋਂ। ਸੋ ਅੱਜ ਗੱਲ ਕਰਨ ਜਾ ਰਹੇ ਹਾਂ ਆਪਣੇ ਕਲਯੁੱਗ ਦੇ ਮਹਾਨ ਯੁੱਗਾਂ ਦਾ ਯੁੱਗ ਕਲਯੁੱਗ ਜਿਹੜਾ ਮੁੱਕਣ ਤੇ ਨਹੀਂ ਆਉਣ ਡਿਆ। ਸੋ ਉਹਦੀ ਗੱਲ ਕਰਨ ਲੱਗੇ ਅੱਜ। ਹੁਣ ਨਿਆਣਿਆਂ ਦੀ ਨਿਗਾਹ ਖਾ ਗਿਆ ਏ ਟੀਵੀ ਤੇ ਦੂਜਾ ਫੋਨ ਮਿੱਤਰੋ, ਉਹ ਪਿਓ ਦਾ ਹੀ ਗਲਾ ਪਿਆ ਪੁੱਤ ਘੁੱਟ ਦਾ ਚਿੱਟਾ ਖੂਨ ਮਿੱਤਰੋ। ਹੁਣ ਨਿਆਣਿਆਂ ਦੀ ਨਿਗਾਹ ਖਾ ਗਿਆ ਏ ਟੀਵੀ ਤੇ ਦੂਜਾ ਫੋਨ ਮਿੱਤਰੋ, ਪਿਓ ਦਾ ਹੀ ਗਲਾ ਪਿਆ ਪੁੱਤ ਘੁੱਟ ਦਾ ਚਿੱਟਾ ਖੂਨ ਮਿੱਤਰੋ। ਉਹ ਝੂਠੇ ਹੋਇਆ ਪਿਆ ਅੱਜ ਕੱਲ ਯੋਰਾ ਵਾਰ, ਆ ਗਲਾ ਘੁੱਟੇ ਹੈ ਸੱਚ ਦਾ, ਉਹ ਦੁਨੀਆਂ ਦਾ ਅੰਤ ਆਇਆ ਨੇੜੇ ਲੱਗਦਾ ਹੈ, ਕਲਯੁੱਗ ਸਿਖਰਾਂ ਤੇ ਪਿਆ ਨੱਚਦਾ, ਉਹ ਦੁਨੀਆਂ ਦਾ ਅੰਤ ਆਇਆ ਨੇੜੇ ਲੱਗਦਾ ਹੈ, ਉਹ ਕਲਯੁੱਗ ਸਿਖਰਾਂ ਤੇ ਪਿਆ ਨੱਚਦਾ। ਉਹ ਗੁਰੂਆਂ ਦੀ ਬਾਣੀ ਪੈਰਾਂ ਵਿੱਚ ਰੋਲ ਗਈ ਪਾੜ ਗਏ ਗ੍ਰੰਥ ਨੇ, ਉਹ ਆਪੋ ਵਿੱਚ ਲੜ ਲੜ ਪਏ ਮਰਦੇ ਹੈ ਖੇਰੂ ਖੇਰੂ ਪੰਥ ਨੇ। ਉਹ ਗੁਰੂਆਂ ਦੀ ਬਾਣੀ ਪੈਰਾਂ ਵਿੱਚ ਰੋਲ ਗਈ ਪਾੜ ਗਏ ਗ੍ਰੰਥ ਨੇ, ਆਪੋ ਵਿੱਚ ਲੜ ਲੜ ਪਏ ਮਰਦੇ ਹੈ ਖੇਰੂ ਖੇਰੂ ਪੰਥ ਨੇ। ਉਹ ਖੰਡੇ ਤੋਂ ਵੀ ਤਿੱਖਾ ਸੀ ਜੋ ਖਾਲਸਾ, ਉਹ ਅੱਜ ਟੁੱਟ ਹੋਇਆ ਹੈ ਕੱਚ ਦਾ, ਉਹ ਦੁਨੀਆਂ ਦਾ ਅੰਤ ਆਇਆ ਨੇੜੇ ਲੱਗਦਾ ਹੈ, ਉਹ ਕਲਯੁੱਗ ਸਿਖਰਾਂ ਤੇ ਪਏ ਨੱਚਦਾ। ਆਪਣਾ ਖਾਲਸਾ ਪੰਥ, ਖਾਲਸਾ ਧਰਮ ਇੱਕ ਐਸਾ ਧਰਮ ਆ ਜੇ ਇੱਕਜੁੱਟ ਹੋ ਜੇ ਪੂਰੀ ਦੁਨੀਆਂ ਨੂੰ ਜਿੱਤ ਸਕਦਾ, ਪਰ ਇਹ ਸੰਪਰਦਾਵਾਂ ਚ ਵੰਡਿਆ। ਕੋਈ ਆਪਣੇ ਪ੍ਰਚਾਰਕ, ਆਪਣੇ ਮੁੱਖ ਪ੍ਰਚਾਰਕ ਕਿਸੇ ਨੂੰ ਵੀ ਪੁੱਛ ਲਓ ਭਾਈ ਕਿਹਦੇ ਨਾਲ ਸੰਬੰਧ ਰੱਖਦੇ, ਭਾਈ ਮੈਂ ਤਾਂ ਫਲਾਣੀ ਫਲਾਣੀ ਸੰਪਰਦਾਈ ਨਾਲ ਸੰਬੰਧ ਰੱਖਦਾ, ਮੇਰੀ ਫਲਾਣੀ ਫਲਾਣੀ ਸੰਪਰਦਾਈ, ਕਿਸੇ ਨੇ ਅੱਜ ਤੱਕ ਇਹ ਨੀ ਆਖਣਾ ਮੈਂ ਖਾਲਸਾ ਪੰਥ ਨਾਲ ਰੱਖਦਾ। ਆਪੋ ਚ ਲੜਨ ਦੇ ਭਾਈ, ਫਰੂਟੀਆਂ ਪਿਆਉਣ ਵਾਲੇ ਜਾਂ ਫਰੂਟੀਆਂ ਪੀਣ ਵਾਲੇ ਮਰਨੇ ਤਾਂ ਆਪਣੇ ਹੀ ਨੇ। ਸੋ ਆਪਾਂ ਪਹਿਲਾਂ ਆਪੋ ਚ ਇੱਕਜੁੱਟ ਹੋ ਜਾਈਏ। ਸਾਡੇ ਕੋਲ ਅੱਜ ਤੱਕ ਉਹ ਨੀ ਲੱਭੇ ਗਏ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ। ਸੋ ਆਪਾਂ ਆਪੋ ਚ ਲੜ ਲੜ ਮਰ ਜਾਣਾ, ਲੋਕਾਂ ਨੇ ਲੜਾਉਂਦੇ ਰਹਿਣਾ, ਸਿਆਸਤਦਾਨਾਂ ਨੇ ਲੜਾਉਂਦੇ ਰਹਿਣਾ, ਆਪਾਂ ਲੜ ਲੜ ਹੀ ਮਰਨਾ। ਅੱਗੋਂ ਗੱਲ ਕਰਨ ਜਾ ਰਿਹਾ ਸਿਆਸਤ ਦੀ। ਉਹ ਬੱਸਾਂ ਵਿੱਚੋਂ ਧੱਕੇ ਦੇ ਕੇ ਧੀਆਂ ਸੁੱਟੀਆਂ, ਨਾ ਇਨਸਾਫ ਮਿਲਿਆ, ਉਹ ਮੰਤਰੀ ਦੀ ਬੱਸ ਇਹ ਚੁੱਪ ਕਰ ਜੋ ਹੋਵੇ ਜਵਾਬ ਮਿਲਿਆ, ਉਹ ਬੱਸਾਂ ਵਿੱਚੋਂ ਧੱਕੇ ਦੇ ਕੇ ਧੀਆਂ ਸੁੱਟੀਆਂ, ਨਾ ਇਨਸਾਫ ਮਿਲਿਆ, ਮੰਤਰੀ ਦੀ ਬੱਸ ਇਹ ਚੁੱਪ ਕਰ ਜੋ ਹੋਏ ਜਵਾਬ ਮਿਲਿਆ, ਉਹ ਸ਼ਰੇਆਮ ਹੁੰਦੇ ਵੇਖ ਕਤਲ ਕਿਉਣਾ ਯਾਰ ਉਹ ਸੀਨਾ ਮੱਚਦਾ, ਉਹ ਦੁਨੀਆਂ ਦਾ ਅੰਤ ਆਇਆ ਨੇੜੇ ਲੱਗਦਾ ਹੈ, ਉਹ ਕਲਯੁੱਗ ਸਿਖਰਾਂ ਤੇ ਪਏ ਨੱਚਦਾ, ਦੁਨੀਆਂ ਦਾ ਅੰਤ ਆਇਆ ਨੇੜੇ ਲੱਗਦਾ ਹੈ, ਉਹ ਕਲਯੁੱਗ ਸਿਖਰਾਂ ਤੇ ਪਏ ਨੱਚਦਾ। ਉਹ ਜੰਮ ਦੇ ਜਵਾਕਾਂ ਨੂੰ ਹੀ ਰੋਗ ਲੱਗ ਗਏ ਦਿਲ ਦੇ ਅਟੈਕ ਦੇ, ਉਹ ਜੰਮ ਦੇ ਜਵਾਕਾਂ ਨੂੰ ਹੀ ਰੋਗ ਲੱਗ ਗਏ ਦਿਲ ਦੇ ਅਟੈਕ ਦੇ, ਔਖੇ ਹੋ ਮਾਂ ਨੇ ਸੀ ਪੁੱਤ ਪਾਲਿਆ ਖਾਲਿਆ ਸਮੈਗ ਨੇ, ਹੋਏ ਔਖੇ ਹੋ ਮਾਂ ਨੇ ਸੀ ਪੁੱਤ ਪਾਲਿਆ ਖਾਲਿਆ ਸਮੈਗ ਨੇ, ਹਰ ਮਨ ਸਿਆਏ ਪਿਆ ਨਾਗ ਜ਼ਹਿਰੀਲਾ ਪੰਜ ਆਬ ਡੱਸਦਾ, ਉਹ ਦੁਨੀਆਂ ਦਾ ਅੰਤ ਆਇਆ ਨੇੜੇ ਲੱਗਦਾ ਹੈ, ਉਹ ਕਲਯੁੱਗ ਸਿਖਰਾਂ ਤੇ ਪੈ ਨੱਚਦਾ, ਉਹ ਦੁਨੀਆਂ ਦਾ ਅੰਤ ਆਇਆ ਨੇੜੇ ਲੱਗਦਾ ਹੈ, ਉਹ
ਉਹ ਕਲਯੁਗ ਸਿਖਰਾਂ ਤੇ ਪਏ ਨੱਚਦਾ। ਸੋ ਵੀਰੇ ਜੇ ਕੁਝ ਵੀ ਗੱਲਾਂ ਸਹੀ ਲੱਗੀਆਂ ਹੋਣ ਤਾਂ ਸ਼ੇਅਰ ਜ਼ਰੂਰ ਕਰਿਓ, ਜੇ ਸਾਡੀ ਕੋਈ ਕਿਤੇ ਗਲਤੀ ਹੋਈ ਹੋਵੇ ਜਾਂ ਗਲਤ ਲੱਗੀ ਹੋਵੇ ਗੱਲ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ, ਕਿਉਂਕਿ ਤੁਹਾਡੇ ਕਮੈਂਟਾਂ 'ਚੋਂ ਸਾਨੂੰ ਪਤਾ ਲੱਗਦਾ। ਬੇਸ਼ੱਕ ਗਾਲਾਂ ਵੀ ਕੱਢ ਸਕਦੇ ਜੇ, ਉਹੋ ਜੀ ਕੋਈ ਨਹੀਂ, ਜਿੱਥੇ ਆਪਾਂ ਗਲਤ ਹਾਂ ਉੱਥੇ ਗਾਲਾਂ ਵੀ ਕੱਢ ਸਕਦੇ ਜੇ, ਪਰ ਜੇ ਚੰਗਾ ਲੱਗੇ ਕੋਈ ਵੀ ਲੈਣ, ਕੋਈ ਵੀ ਚੀਜ਼ ਚੰਗੀ ਲੱਗੇ ਦਿਲ ਨੂੰ ਤਾਂ ਸ਼ੇਅਰ ਜ਼ਰੂਰ ਕਰਿਓ। ਸੋ ਪੇਜ ਨੂੰ ਵੀ ਲਾਈਕ ਕਰਦੇ ਰਿਹੋ, ਇੰਨਾ ਪਿਆਰ ਬਖਸ਼ਦੇ ਰਿਹੋ, ਸੋ ਧੰਨਵਾਦ ਸਾਰਿਆਂ ਦਾ। ਅਤੇ ਇੱਕ ਹੋਰ ਆਪਣਾ ਪੇਜ ਬਣਾਇਆ ਜੀ ਹਰਮਨ ਸੰਧੂ ਨਾਲਾ, ਉਹਨੂੰ ਵੀ ਲਾਈਕ ਕਰ ਦਿਓ। ਤਹਿ ਦਿਲੋਂ ਸ਼ੁਕਰੀਆ ਜਿੰਨੇ ਜਿੰਨੇ ਵੀ ਸੁਣ ਲਿਆ, ਜਿੰਨੇ ਜਿੰਨੇ ਬਾਕੀ ਸ਼ੇਅਰ ਕਰਕੇ ਸਾਰਿਆਂ ਨੂੰ ਸੁਣਾਇਓ। ਸੋ ਧੰਨਵਾਦ ਜੀ।